ਆ ਦੇ ਇਹ ਦੇਸ਼ ਇਹਨਾਂ ਦੇ ਯੋਗ ਨਹੀਂ। ਹਾਂਜੀ ਵੈਲਕਮ ਆ ਤੁਹਾਡੇ ਸਾਰਿਆਂ ਦਾ ਅਨਦਰ ਵਲੋਗ ਵਿੱਚ, ਅਨਦਰ ਵੀਡੀਓ ਵਿੱਚ ਆਪਣੇ ਚੈਨਲ 'ਤੇ। ਅੱਜ ਆਪਾਂ ਲੈ ਕੇ ਆਏ ਤੁਹਾਡੇ ਸਾਹਮਣੇ ਬਹੁਤ ਖਾਸ ਵੀਡੀਓ, ਜਿਹੜਾ ਕਿ ਆਪਾਂ ਹੁਣ ਚੱਲੇ ਹਾਂ ਢੋਣੇ ਨਾਲ। ਲਾਭ ਹੈ ਅਤੇ ਸਨੀ ਕਿੱਧਰ ਲੁਕੀਆਂ ਨੇ, ਇੱਧਰ ਆਇਆ ਸਨੀ ਅਤੇ ਮੈਂ ਅਤੇ ਲਾਭ ਤਿੰਨੇ ਅਸੀਂ ਚੱਲੇ ਹਾਂ ਢੋਣੇ, ਅਤੇ ਉੱਥੇ ਆ ਕੇ ਤੁਹਾਨੂੰ ਢੋਣੇ ਦਾ ਟਾਊਨ ਪਾਰਕ ਵੀ ਦਿਖਾਵਾਂਗੇ। ਕੋਸ਼ਿਸ਼ ਕਰਾਂਗੇ ਦਿਖਾ ਸਕੇ ਤਾਂ, ਵੈਸੇ ਕੰਮ ਬਹੁਤ ਜ਼ਿਆਦਾ, ਹੋ ਸਕਿਆ ਤਾਂ ਸ਼ੂਟ ਕਰਾਂਗੇ ਉੱਥੇ ਜਾ ਕੇ, ਨਹੀਂ ਤਾਂ ਫਿਰ ਦੇਖਿਓ ਵਲੋਗ ਵਿੱਚ ਅੱਗੇ ਕੀ ਮਿਲਦਾ ਤੁਹਾਨੂੰ ਦੇਖਣ ਨੂੰ। ਅਜੇ ਤਾਂ ਸਾਨੂੰ ਵੀ ਨਹੀਂ ਕੁਛ ਪਤਾ, ਮਿਲਦੇ ਹਾਂ ਜੀ ਫਿਰ ਵਲੋਗ ਵਿੱਚ। ਆ ਗਿਆ ਆਪਾਂ ਕਿਹੜਾ ਪਾਰਕ, ਸ਼ਹੀਦ ਮਦਨ ਲਾਲ ਢੀਂਗੜਾ ਟਾਊਨ ਪਾਰਕ ਟੋਹਾਣਾ। ਅਤੇ ਇੱਥੋਂ ਹੁੰਦੀ ਹੈ ਜੀ ਆਪਣੀ ਐਂਟਰੀ। ਇਹ ਬੈਰੀਗੇਟਿੰਗ ਕੀਤੀ ਗਈ ਵੀ ਕੋਈ ਜਾਨਵਰ ਨਾ ਅੰਦਰ ਆ ਜਾਵੇ। ਅਤੇ ਇੱਦਾਂ ਦਾ ਜੀ ਪਾਰਕ ਦਾ ਕੁਛ ਵਿਊ, ਅੰਦਰੋਂ ਸਲੋਪ ਵੀ ਹੈਗੀ ਆ ਅਤੇ ਸਟੇਅਰ ਵੀ ਹੈਗੀਆਂ ਨੇ। ਅਤੇ ਦੇਖ ਸਕਦੇ ਹੋ ਕਾਫੀ ਵੱਡਾ ਪਾਰਕ ਆ, ਮੂਨਕਾਲੇ ਨਾਲੋਂ ਤਾਂ ਵੱਡਾ ਕਾਫੀ। ਬਾਕੀ ਦੇਖਦੇ ਹਾਂ ਚੱਲ ਕੇ, ਉਹ ਦੇਖੋ ਦੋਨੇ ਭੱਜ ਗਏ ਅੱਗੇ ਅੱਗੇ। ਅਤੇ ਜਾ ਕੇ ਕਰਾਉਂਦੇ ਇੰਟਰੋਡਿਊਸ ਤੁਹਾਨੂੰ ਝੂਲਿਆਂ ਨਾਲ ਪਾਰਕ ਦੇ। ਆ ਦੇਖੋ ਡੀਡੇ ਹੋ ਗਏ ਹੁਣ ਝੂਲੇ ਝੂਲਣਗੇ ਇੱਥੇ। ਅਤੇ ਇੱਦਾਂ ਦਾ ਜੀ ਇਹ ਟਾਊਨ ਪਾਰਕ ਢਵਾਣੇ ਦਾ, ਦੇਖੋ ਇੱਥੇ ਕਰਾਊਡ ਬਹੁਤ ਜ਼ਿਆਦਾ ਹੋ ਜਾਂਦਾ ਕਿਉਂਕਿ ਸਭ ਤੋਂ ਵੱਡਾ ਪਾਰਕ ਆ ਢਵਾਣੇ ਦਾ ਇਹ। ਅਤੇ ਆਹ ਦੇਖੋ, ਆਹ ਦੇਖੋ ਜਵਾਕਾਂ ਨੂੰ, ਉਹ ਦੇਖੋ ਪਰਲਾ ਜਵਾਕ, ਆਹ ਦੇਖੋ ਜਵਾਕ। ਅਤੇ ਪਰਾਂ ਵੀ ਝੂਲੇ ਨੇ ਕਾਫੀ, ਇੱਧਰਲੀ ਸਾਈਡ ਲੱਗੇ ਹੋਏ ਨੇ। ਅਤੇ ਲਾਈਟਾਂ ਦਾ ਵੀ ਪ੍ਰਬੰਧ ਪੂਰਾ ਕੀਤਾ ਗਿਆ ਅਥੋਰਿਟੀ ਵੱਲੋਂ, ਕਾਫੀ ਇਨਵੈਸਟਮੈਂਟ ਕੀਤੀ ਗਈ ਆ ਬਹੁਤ ਤਕੜੀ। ਈਵਨਿੰਗ ਦਾ ਟਾਈਮ ਇੱਥੇ ਬਹੁਤ ਜ਼ਿਆਦਾ ਲੋਕਲ ਜਿਹੜੇ ਆਉਂਦੇ ਨੇ ਯੋਗਾ ਵੀ ਕਰਦੇ ਆ ਅਤੇ ਰਨਿੰਗ ਵਗੈਰਾ ਵੀ, ਅਤੇ ਵੈਸੇ ਵੀ ਟਾਈਮ ਪਾਸ ਵਾਸਤੇ ਰਿਲੈਕਸ ਵਾਸਤੇ ਆਉਂਦੇ ਆ ਇੱਥੇ। ਅਤੇ ਬੱਚੇ ਬੁੱਚੇ ਵੀ ਆਉਂਦੇ, ਝੂਲੇ ਚਾਲੇ ਕਾਫੀ ਲੱਗੇ ਹੋਏ ਆ। ਅਤੇ ਆਹ ਦੇਖੋ ਇੱਥੇ ਲੱਗੇ ਹੋਏ ਆ ਪ੍ਰੋਪਰਟੀ ਡੈਮੇਜ ਕਰਨ, ਐਡੇ ਐਡੇ ਸਾਂਡ ਦੇਖੋ। ਲੈ ਇਹ ਯੋਗ ਇਹਨਾਂ ਦੇ ਦੇਸ਼ ਨੇ, ਇਹ ਦੇਸ਼ ਇਹਨਾਂ ਦੇ ਯੋਗ ਨਹੀਂ ਹੈਗਾ। ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ, ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ। ਅਤੇ ਅੱਗੇ ਦਿਖਾਉਂਦੇ ਹਾਂ, ਲਾਵਰੀ ਦਿਖਾਉਂਦੇ ਨੇ ਤੁਹਾਨੂੰ, ਉਹ ਪੈਪਾਂ 'ਚ ਵੜ ਕੇ ਗੋਲ ਗੋਲ 'ਚ ਇਹਨਾਂ ਨੇ ਪੂਰਾ ਤਬਾਹ ਕਰਕੇ ਜਾਣਾ। ਅੱਜ ਆਏ ਨੇ ਪਾਰਕ 'ਚ ਅਤੇ ਲਾ ਸਣੀ ਉਹ ਸਪਰਿੰਗ 'ਤੇ ਬਹਿ ਜਾ ਕੇ ਉਹ ਲੱਗਿਆ ਉੜਕੇਗਾ। ਅਤੇ ਆਹ ਦੇਖੋ ਜਿਵੇਂ ਸਾਈਡ 'ਤੇ ਤੁਸੀਂ ਦੇਖ ਸਕਦੇ ਯੋਗਾ ਵਾਲੀਆਂ ਵੀ ਲੱਗੀਆਂ ਹੋਈਆਂ, ਵੀ ਕਿਵੇਂ ਯੋਗਾ ਦੇ ਪੋਜ਼ ਪੁਜੀਸ਼ਨ ਸੀ ਯੋਗਾ ਦੀਆਂ। ਅਤੇ ਨਗਰ ਪ੍ਰਸਿੱਧ ਟੋਹਾਣਾ ਵੱਲੋਂ ਇਹ ਬਣਾਇਆ ਹੋਇਆ ਪਾਰਕ। ਅਤੇ ਆਹ ਦੇਖੋ ਜਵਾਕ ਦੋ ਉੱਤੇ ਚੜ੍ਹ ਗਏ, ਆਹ ਦੇਖੋ ਉਹ ਰੁੜਿਆ ਨਹੀਂ ਆਉਂਦਾ, ਕਿਉਂ ਧੱਕਾ ਕਰੀਆਂ ਨੇ। ਆਹ ਦੇਖੋ ਇਹ ਦੇਸ਼ ਇਹਨਾਂ ਦੇ ਯੋਗ ਨਹੀਂ ਹੈਗਾ, ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ, ਇਹ ਪਸ਼ੂਆਂ ਵਾਂਗੂ ਰਹਿੰਦੇ ਆ, ਇਹ ਪਸ਼ੂਆਂ ਵਾਂਗੂ ਰਹਿੰਦੇ ਆ। ਆਹ ਦੇਖੋ ਇਹ ਸਾਰਾ ਕੁਛ ਕਰਕੇ ਦਿਖਾਉਣਗੇ ਤੁਹਾਨੂੰ, ਦੋ ਬੰਦੇ ਆਪਾਂ ਹਾਇਰ ਕੀਤੇ ਹੋਏ ਨੇ, ਸਾਰਾ ਕੁਛ ਕਰਕੇ ਦਿਖਾਉਣਗੇ ਤੁਹਾਨੂੰ ਇਕੱਲਾ ਇਕੱਲਾ ਸਟੈਪ। ਆਹ ਦੇਖੋ, ਆਹ ਦੇਖੋ 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 ਤੁਸੀਂ ਲੋਕਾਂ ਦੇ ਤਮਾਸ਼ੇ ਦੇਖੋ, ਆਪਾਂ ਤਾਂ ਆਨੰਦ ਲੈਣ ਆਏ ਹਾਂ ਮਹਾਰਾਜ, ਲੋਕਾਂ ਦੇ ਤਮਾਸ਼ੇ ਦੇਖੋ। ਉਹ ਦੇਖੋ ਇੱਕ 'ਚ ਭਾਰ ਜ਼ਿਆਦਾ ਉੱਤੀ ਰਹਿ ਜਾਂਦਾ ਵਿਚਾਰਾ, ਓਏ ਤੂੰ ਕੁਛ ਖਾ ਪੀ ਮੇਰੇ ਵਰ ਗਈ ਹੈ ਤੂੰ, ਲਾਹ ਵਾਰੀ ਜ਼ਿਆਦਾ ਹੱਟੇ ਕੱਟੇ ਨੇ, ਉਹ ਥੱਲੋਂ ਟੱਪੀ ਲੈ ਦੇ ਜਵਾਕਾਂ ਵਾਸਤੇ, ਫਿਰ ਤੂੰ ਐਵੇਂ ਫੋਰਮੈਨ ਬਣਿਆ ਫਿਰਦਾ। ਆਹ ਦੇਖੋ ਫਿਊ ਮੋਮੈਂਟਸ ਲੇਟਰ, ਆਹ ਦੇਖੋ ਇਹਨਾਂ ਦੇ ਯੋਗ ਨਹੀਂ ਆ ਦੇਸ਼, ਪਰ ਇਹ ਫਿਰ ਵੀ ਇੱਥੇ ਰਹਿ ਰਹੇ ਆ। ਹਾਂ ਇਹਨੂੰ ਕਰ ਓਏ ਪਰ, ਇਹਨੂੰ ਕਰ ਪਰ, ਪੈਰ ਨਹੀਂ ਲਾਣਾ ਥੱਲੇ, ਸਾਰਾ ਪਾਰ ਕਰਨਾ ਪੈਰ ਨਹੀਂ ਲਾਣਾ, ਕਰਤਾ ਫਿਰ ਕੀ ਫਿਰ, ਚੱਲ ਚੱਲ ਆਰਮੀ ਟ੍ਰੇਨਿੰਗ, ਬੈਕ ਬੈਕ ਕਰੀ ਬੈਕ ਬੈਕ, ਚੱਲ ਸਣੀ ਭਰਤੀ ਨਹੀਂ ਵੇਖਣੀ, ਚੱਲ ਚੱਲ ਚੱਲ।
ਲੱਤਾਂ ਨਾਲ ਕਰ ਦੇਗਾ ਤੇ ਉਹ ਪਾਣੀ ਵਾਲਾ ਉੱਧਰ ਸਿਸਟਮ ਹੋ ਰਿਹਾ ਪੀਣ ਵਾਲਾ ਪਾਣੀ ਵੀ ਤੇ ਵੈਸੇ ਵੀ ਤੇ ਉਹ ਯਾਰ ਇਹਨੂੰ ਇਹਨੂੰ ਭੁੱਲ ਨਾ ਜਾਇਓ ਬਈ ਇਹਨੂੰ ਨਾ ਭੁੱਲ ਜਾਓ ਇਹਨੂੰ ਬਾਈ ਯਾਰ ਇਹਨੂੰ ਇਹਨੂੰ ਉਹ ਪਿਆ ਆਹ ਦੇਖੋ ਇੱਥੇ ਝੂਲੇ ਹੀ ਝੂਲੇ ਮੈਂ ਤਾਂ ਸੱਚ ਆ ਹੀ ਨਹੀਂ ਰਿਹਾ ਵੀਡੀਓ 'ਚ ਹਨਾ ਅਤੇ ਮੈਂ ਕੈਮਰਾ ਹੁਣ ਦੂਜੇ ਸਾਈਡ ਦਾ ਕਰਦਾ ਅਤੇ ਫਿਰ ਦਿਖਾਉਂਦੇ ਹਾਂ ਤੁਹਾਨੂੰ ਵਿਊ ਹੈਲੋ ਜੀ ਆਪਾਂ ਆ ਜੂਗਾ ਟਾਊਨ ਪਾਰਕ ਵਿੱਚ ਜਿਵੇਂ ਕਿ ਤੁਸੀਂ ਪ੍ਰੀਵੀਅਸ ਵੀਡੀਓ ਵਿੱਚ ਦੇਖੀ ਹੋਣਾ ਦੇਖ ਲਓ ਉੱਤੇ ਉਹ ਦੇਖੋ ਉੱਤੇ ਗੱਬਰ ਗੱਬਰ ਸਿੰਘ ਕਿੱਥੇ ਚੜਿਆ ਹੋਇਆ ਉਹ ਦੇਖੋ ਕਿਆ ਬਾਤ ਹੈ ਕਿਆ ਬਾਤ ਹੈ ਇਹ ਕਿੱਧਰ ਚੜ ਗਿਆ ਆਹ ਦੇਖੋ ਇੱਧਰ ਵਾਲੀ ਸਾਈਡ ਆਹ ਦੇਖੋ ਉੱਤੇ ਇਹ ਨਾ ਮਤਲਬ ਇਹਨਾਂ ਦੇ ਯੋਗ ਹੈ ਨਹੀਂ ਦੇਸ਼ ਪਰ ਫਿਰ ਵੀ ਇਹ ਰਹਿ ਰਹੇ ਆ ਇੱਥੇ ਅਤੇ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਇਹ ਪਾਰਕ ਕਾਫੀ ਵੱਡਾ ਜਿਵੇਂ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਕਾਫੀ ਵੱਡਾ ਦੂਰ ਤੱਕ ਪਾਰਕ ਆ ਮੂਨ ਕਾਲੇ ਹੰਸਰਾਜ ਪਾਰਕ ਤੋਂ ਕਾਫੀ ਵੱਡਾ ਅਤੇ ਫੈਸਿਲਿਟੀਆਂ ਵੀ ਉਹਦੇ ਨਾਲੋਂ ਥੋੜ੍ਹੀਆਂ ਜ਼ਿਆਦਾ ਕਿਉਂਕਿ ਝੂਲੇ ਚਾਲੇ ਵਗੈਰਾ ਅਤੇ ਹੋਰ ਵੀ ਕਾਫੀ ਪ੍ਰਬੰਧ ਕੀਤੇ ਗਏ ਅਥੋਰਿਟੀ ਵੱਲੋਂ ਗੌਰਮੈਂਟ ਵੱਲੋਂ ਅਤੇ ਦਿਖਾਉਂਦੇ ਹਾਂ ਤੁਹਾਨੂੰ ਪੂਰਾ ਕੰਪਲੀਟ ਵਲੋਗ ਦੇਖਿਓ ਹੋਰ ਵੀ ਕਈ ਥਾਵਾਂ 'ਤੇ ਦਿਖਾਵਾਂਗੇ ਅਤੇ ਲਾਭ ਕਹਿੰਦਾ ਅੱਗੇ ਲੈ ਕੇ ਚੱਲਦੇ ਹਾਂ ਫਿਰ ਇਹਦੇ ਪਿੱਛੇ ਦੇਖਦੇ ਹਾਂ ਕਿੱਥੇ ਲੈ ਕੇ ਜਾਂਦਾ ਹੈ ਆਏ ਨੇ ਅੱਗੇ ਪ੍ਰੋਡਿਊਸਰ ਸਾਹਿਬ ਛੇਤੀ ਛੇਤੀ ਆਪਣੇ 1 ਮਿਲੀਅਨ ਕਰਾ ਦਿਓ ਜੀ ਬਸ ਹੋਣ ਵਾਲੇ ਆ 1-2 ਹਜ਼ਾਰ ਸਬਸਕ੍ਰਾਈਬਰ ਘੱਟ ਰਹਿ ਗਿਆ 1 ਮਿਲੀਅਨ ਫਟਾਫਟ ਕਰਾ ਦਿਓ ਇੱਧਰ ਆ ਗਿਆ ਜੀ ਆਪਣਾ ਮਤਲਬ ਸਮਝ ਰਹੇ ਹੋ ਸਮਝ ਰਹੇ ਹੋ ਸਮਝ ਰਹੇ ਹੋ ਨਾ ਇੱਧਰ ਅੱਗੇ ਰੈਸਟ ਰੂਮ ਆ ਗਏ ਜੀ ਮੈਂ ਦਿਖਾਉਣਾ ਤੁਹਾਨੂੰ ਆਹ ਰੈਸਟ ਰੂਮ ਆ ਗਏ ਲੇਡੀਜ਼ ਵਾਸਤੇ ਵੀ ਅਤੇ ਜੈਂਟਸ ਵਾਸਤੇ ਵੀ ਰੈਸਟ ਰੂਮ ਲਾਈਕ ਕਿਵੇਂ ਦੱਸਣ ਮੈਂ ਤੈਨੂੰ ਵਾਸ਼ਰੂਮ ਲਾ ਲਓ ਵਾਸ਼ਰੂਮ ਆ ਗਏ ਇੱਧਰ ਵੀ ਹਿਸਾਬ ਸੇ ਅਤੇ ਆਹ ਆ ਗਿਆ ਜੀ ਪਾਰਕ ਦਾ ਐਂਡ ਜਮਾਂ ਪਾਰਕ ਦੇ ਤੁਹਾਨੂੰ ਅਸੀਂ ਐਂਡ 'ਤੇ ਲੈ ਆਏ 5 ਮਿੰਟਸ ਲੇਟਰ ਸੀਨੀਅਰ ਸਿਟੀਜ਼ਨ ਦੀ ਯੋਗਾ ਪਲੇਸ ਆ ਇਹ ਅਤੇ ਆਹ ਦੇਖੋ ਪੱਟਾਂ ਵਾਲੀ ਉਹ ਲਾਉਂਦਾ ਐਕਸਰਸਾਈਜ਼ ਜਿੰਮ ਕਰਦਾ ਪੱਟਾਂ ਵਾਲੀ ਭਾਰ ਹੋਣਾ ਚਾਹੀਦਾ ਪੱਟਾਂ ਵਾਲੀ ਇਹ ਲਾਉਣ ਵਾਸਤੇ ਕਿਉਂਕਿ ਤੇਰੇ ਭਾਰ ਦੇ ਹਿਸਾਬ ਨਾਲ ਹੀ ਤੇਰੇ ਪੱਟਾਂ 'ਤੇ ਜ਼ੋਰ ਪੈਣਾ ਅਤੇ ਉੱਧਰ ਵੇਖੋ ਕਿੱਧਰ ਜਾਏਗਾ ਭੱਜ ਕੇ ਐਵੇਂ ਤਾਂ ਦੱਸਦੇ ਬਸ ਦੋ ਬੱਚੇ ਉੱਧਰ ਪਿੱਛੇ ਬੈਠੇ ਹੋਏ ਆ ਅਤੇ ਇੱਧਰਲੇ ਪਾਸੇ ਆਹ ਹੈਗੀ ਜਿੰਮ ਦਾ ਮਤਲਬ ਜਿੰਮ ਹੀ ਲਾ ਲਓ ਇੱਕ ਸਾਹਿਬ ਦੀ ਛੋਟੀ ਕਹਿ ਸਕਦੇ ਹਾਂ ਯੋਗਾ ਲੈ ਲਓ ਜਾਂ ਐਕਸਰਸਾਈਜ਼ ਵਾਸਤੇ ਅਤੇ ਕਾਫੀ ਵਧੀਆ ਮਤਲਬ ਇਕੁਪਮੈਂਟ ਜਿਹੜੇ ਆ ਮਸ਼ੀਨਰੀ ਜਿਹੜੀ ਆ ਇਹਨਾਂ ਨੇ ਰੱਖੀ ਹੋਈ ਆ ਬਹੁਤ ਵਧੀਆ ਤਰੀਕੇ ਨਾਲ ਅਤੇ ਪਰਲੇ ਪਾਸੇ ਬੱਚਿਆਂ ਦੇ ਝੂਲੇ ਆ ਗਏ ਇੱਧਰ ਬਜ਼ੁਰਗਾਂ ਵਾਸਤੇ ਪੂਰਾ ਪ੍ਰਬੰਧ ਕੀਤਾ ਗਿਆ ਵੈਸੇ ਵੀ ਜੇ ਮਤਲਬ ਬਿਜ਼ੀ ਹੁੰਦੇ ਆ ਕੇ ਮਤਲਬ ਇੱਥੇ ਰਿਲੈਕਸ ਹੋ ਸਕਦਾ ਬੰਦਾ ਅਤੇ ਆਹ ਦੇਖੋ ਚੰਗੇ ਰਿਲੈਕਸ ਹੋ ਰਿਹਾ ਇੱਥੇ ਬੜੇ ਵਧੀਆ ਤਰੀਕੇ ਨਾਲ ਦੱਸ ਯਾਰ ਆ ਕਿਵੇਂ ਆ ਵੀਰ ਮੈਨੂੰ ਤਾਂ ਨਹੀਂ ਪਤਾ ਕਮੈਂਟ ਕਰਕੇ ਦੱਸੋ ਵੀ ਇਹ ਚੱਲਦਾ ਕਿਵੇਂ ਕਮੈਂਟ ਕਰਕੇ ਦੱਸੋ ਨਾਮ ਨੂੰ ਐਵੇਂ ਤਾਂ ਨਹੀਂ ਚੱਲਦਾ ਕਿਵੇਂ ਨਹੀਂ ਐਵੇਂ ਨਹੀਂ ਹਾਂ ਤੇਰੀ ਐਵੇਂ ਨਹੀਂ ਅੱਗੇ ਇਹਦੇ ਵਿੱਚ ਗੋਡੇ ਟਪਾ ਸ਼ੋਲਡਰ ਆ ਗਏ ਗੋਡੇ ਟਪਾਉ ਮੈਂ ਕਰਦਾ ਲਾ ਵਿਧਰੋ ਮੈਨੂੰ ਆਣ ਦੇ ਬੜੀ ਬੜੀ ਬਾਈ ਕਰਕੇ ਦਿਖਾਊਗਾ ਆਪ ਕਰਕੇ ਦਿਖਾਉਣ ਲੱਗਿਆ ਹੁਣ ਸਲੀ ਸਣੀ ਕਰਦਾ ਜਿੰਨਾ ਹੋਇਆ ਨਾ ਵੇਖੀ ਫਿਰ ਉਹ ਐਵੇਂ ਨਹੀਂ ਹੁੰਦੇ ਮੂਰਖੋ ਖੜ ਜਾ ਛੱਡ ਆ ਇਹਦੇ ਥੱਲੇ ਰੱਖ ਪੈਰ ਐਵੇਂ ਹਾਂ ਚੱਲ ਹੁਣ ਪਿੱਛੇ ਜਾਣ ਦੇ ਪੂਰਾ ਜਾਣ ਦੇ ਪਿੱਛੇ ਜਾਣ ਦੇ ਚੱਲ ਆਹ ਕਰਦੇ ਹੁਣ ਅਸੀਂ ਢੰਗ ਆ ਚਲਾਉਂਦੇ ਹਾਂ ਲਾਵ ਨਾਲ ਖੜ ਜਾ ਹੌਲੀ ਕਰ ਮਾਰੇਗਾ ਖੁੱਡਾਂ ਤੁਰੇਗਾ ਮੇਰੀਆਂ ਖੜ ਜਾ ਲੈ ਸਣੀ ਫੜੀ ਬਾਈ ਯਾਰ ਕੈਮਰਾ ਘੁਮਾ ਦੀ ਮੈਂ ਜੀ ਚੱਲ ਹੌਲੀ ਬਾਈ ਯਾਰ ਰਾਤ ਆਵਾਂਗੇ ਰਾਤ ਨੂੰ ਪੱਟ ਕੇ ਸਾਰੇ ਕਰ ਲੈ ਜਾਵਾਂਗੇ ਤੇ ਹੁਣ ਆਪਾਂ ਕਰਦੇ ਹਾਂ ਜੀ ਫੋਟੋ ਸ਼ੂਟ ਇੱਥੇ ਸਮਾਪਤ ਫਿਰ ਵਲੋਗ ਨੂੰ ਜਾਂਦੇ ਹੋਏ ਐਂਡ ਕਰਾਂਗੇ ਸੋਰੀ ਹਜੇ ਢੋਣੇ ਵੀ ਬਹੁਤ ਕੰਮ ਆ ਅਤੇ ਆਹੋ ਇਹਦੇ ਨਾਲੋਂ ਵਧੀਆ ਤਾਂ ਪੱਠੀ ਕੁਤਰ ਲਿਆ ਕਰੋ ਘਰ ਜਾ ਕੇ ਜਿਹਨੇ ਇੱਥੇ ਆ ਗਿਆ ਕਰਨਾ ਸਾਡੇ ਆ ਜਾ ਕਰੋ ਯਾਰ ਪੱਠੀ ਕੁਤਰਾ ਦਿਆ ਕਰੋ 10 ਸੈਕਿੰਡਸ ਲੇਟਰ
2000 years later. ਤੇ ਲਾਭ ਵੀ ਆ ਗਿਆ ਨਾਲ ਤੇ ਆਪਾਂ ਹੁਣ ਉੱਥੇ ਕੁਝ ਖਾਣ ਲੱਗੇ ਆਂ ਜੀ ਬਾਹਰ ਤੇ ਭੁੱਖ ਹੈਗੀ ਆ ਮਾੜੀ ਮਾੜੀ ਪਰ ਫਿਰ ਵੀ ਕੋਈ ਹਲਕੀ ਫੁਲਕੀ ਚੀਜ਼ ਖਾਂਦੇ ਆਂ ਤੇ ਦੇਖਦੇ ਆਂ ਜੀ ਹੁਣ ਇੱਥੇ ਕੀ ਖਾਂਦੇ ਆਂ ਇਧਰਲੇ ਪਾਸੇ ਸਾਹਮਣੇ ਪਾਰਕ ਦੀ ਐਂਟਰੀ ਆ ਤੇ ਇੱਥੇ ਖਾਂਦੇ ਹੁਣ ਕੁਝ ਕਿੱਧਰ ਘੁਮਾਈ ਜਾਂਦੇ ਲਿਆ ਇੱਧਰ ਐਵੇਂ ਗੇੜੇ ਕੱਟੀ ਜਾਂਦੇ ਤੇਲ ਪਹਿਲਾਂ ਸੋ ਹੋਇਆ ਪਿਆ ਖਾਣਾ ਕੀ ਆ ਦੱਸੋ ਪਹਿਲਾਂ ਹਾਂਜੀ ਸਣੀ ਜੀ ਕੀ ਖਾਣਾ ਰੋਟੀ ਮੈਂ ਕਿਤੇ ਕਹਿੰਦਾ ਰੋਟੀ ਚਲੋ ਜੀ ਕੁਲਫੀ ਖਾਂਦੇ ਆ ਫਿਰ ਜਾ ਕੇ ਲੈ ਫੜ ਫਿਰ ਆਉਣੇ ਨੂੰ ਮੈਂ ਤੇ ਕਢਾਵਾਂਗਾ ਮੈਂ ਫਲੇਵਰ ਵੇਖ ਚੱਲ ਤੂੰ ਫਲੇਵਰ ਵੇਖ ਜਾ ਬਾਈ ਕੁਲਫੀ ਦੇ ਯਾਰ ਬਾਈ ਲੈ ਕੇ ਬੈਠਾ ਫਲੇਵਰ ਦੱਸ ਬਾਈ ਲੈ ਗਿਆ ਵਾਹ ਕਿਆ ਬਾਤ ਹੈ ਫਲੇਵਰ ਵੇਖ ਕਿਵੇਂ ਪਸੰਦ ਕਰਦੇ ਨੇ ਜਿਹੜਾ ਬਾਈ ਲੈ ਕੇ ਗਿਆ ਹੁਣੇ ਹੁਣੇ ਹਾਂਜੀ ਕਰਦੇ ਆ ਜੀ ਅੱਜ ਦੇ ਵਲੋਗ ਨੂੰ ਇੱਥੇ ਐਂਡ ਕੁਲਫੀਆਂ ਦੇਖੋ ਆਪਾਂ ਖਾ ਲਈਆਂ ਦੇਖੋ ਤੇ ਇਹਨਾਂ ਨੂੰ ਹੁਣ ਵਗਾ ਦੋ ਇੱਥੇ ਡਸਟਬਿਨ ਸਾਨੂੰ ਲੱਭੇ ਨਹੀਂ ਤਾਂ ਕਰਕੇ ਇੱਥੇ ਵਗਾਏ ਹਾਂ ਬਾਕੀ ਅਸੀਂ ਹੈ ਪਾਲਣ ਕਰਦੇ ਹਾਂ ਅਸੀਂ ਮਤਲਬ ਸਵੱਛ ਭਾਰਤ ਅਭਿਆਨ ਦਾ ਅਤੇ ਉਹ ਉੱਤੇ ਵੀ ਇੱਕ ਬੰਦਾ ਬੈਠਿਆ ਅਤੇ ਇੱਧਰ ਸਣੀ ਅਤੇ ਇੱਧਰ ਮੈਂ ਅਤੇ ਪਾਰਕ ਆਪਾਂ ਘੁੰਮ ਲਿਆ ਅਤੇ ਖਾ ਪੀ ਵੀ ਲਿਆ ਅਤੇ ਹੁਣ ਆਪਾਂ ਚੱਲਦੇ ਹਾਂ ਜੀ ਘਰੇ ਅਤੇ ਕਮੈਂਟ ਕਰਕੇ ਦੱਸਿਓ ਸ਼ੇਅਰ ਕਰਿਓ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਅਤੇ ਲਾਈਕ ਕਰਿਓ ਅਤੇ ਚੈਨਲ ਨੂੰ ਜੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈੱਲ ਆਈਕਨ ਦੱਬ ਲਓ ਆਪਾਂ ਇੱਦਾਂ ਦੇ ਨਵੇਂ ਨਵੇਂ ਵਲੋਗ ਲੈ ਕੇ ਆਉਂਦੇ ਰਹਿੰਦੇ ਹਾਂ ਅਤੇ ਸ਼ੇਅਰ ਕਰੋ ਵੱਧ ਤੋਂ ਜਿੰਨਾ ਹੋ ਸਕਦਾ ਸਪੋਰਟ ਕਰੋ ਇਹ ਚੈਨਲ ਛੋਟਾ ਹੀ ਆ ਸਪੋਰਟ ਤੁਹਾਡੀ ਚਾਹੀਦੀ ਆ ਜਿੰਨੀ ਹੋ ਸਕਦੀ ਉਨੀ ਸਪੋਰਟ ਕਰੋ ਸ਼ੇਅਰ ਕਰੋ ਆਪਣੇ ਰਿਲੇਟਿਵ ਫਰੈਂਡ ਦੇ ਅੰਦਰ ਜਿੰਨੀ ਹੋ ਸਕਦੀ ਆਪਣੀ ਵੀਡੀਓ ਅਤੇ ਮਿਲਦੇ ਹਾਂ ਜੀ ਕਿਸੇ ਹੋਰ ਅਨਦਰ ਡੇ ਅਨਦਰ ਵਲੋਗ ਵਿੱਚ ਅਨਦਰ ਵੀਡੀਓ ਵਿੱਚ ਠੀਕ ਹੈ ਜੀ ਟੇਕ ਕੇਅਰ ਬਾਏ ਮਿਲਦੇ ਹਾਂ।